ਆੜਾ ਤਹਿਸੀਲ ਕੰਪਲੈਕਸ ਦੇ ਵਿੱਚ ਸੱਪ ਨਿਕਲੇ ਨੇ ਜੀ ਹਾਂ ਦੱਸਦੀ ਕਿ ਜਿੱਥੇ ਸਰਪੰਚੀ ਚੋਣਾਂ ਦਾ ਬਿਗਲੂ ਵੱਜ ਚੁੱਕਿਆ ਹੈ ਉਮੀਦਵਾਰ ਜੁੜੇ ਐ ਉਹ ਆਪਣੇ ਫਾਰਮ ਭਰ ਰਹੇ ਨੇ ਔਰ ਜਦੋਂ ਹੀ ਤਹਿਸੀਲ ਦੇ ਵਿੱਚੋਂ ਫਾਰਮ ਪਰੰਜਾਂਦੇ ਨੇ ਤੇ ਅੱਗਿਓ ਸੱਪ ਨਿਕਲਦੇ ਨੇ ਜੀ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਇਨ ਇੱਕ ਜ਼ਿਆਦਾ ਬੁਰੇ ਖਲਾਤ ਨੇ ਇਹ ਤਹਿਸੀਲ ਕੰਪਲੈਕਸ ਦੇ ਸਮਰਾੜਾ ਦੇ ਜਿੱਥੇ ਗੰਦਗੀ ਤੇ ਬਦਬੂ ਲੋਕਾਂ ਦਾ ਖੜਨਾ ਵੀ ਮੁਸ਼ਕਲ ਕਰ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਤੱਕ ਇੱਥੇ ਨਹੀਂ ਖੜ ਸਕਦੇ ਜਿੰਨਾ ਤੱਕ ਆਪਣਾ ਮੂੰਹ ਜਿਹੜਾ ਹੈ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਕਵਰ ਨਾ ਕੀਤਾ ਹੋਵੇ ਇੰਨੇ ਕੁ ਜ਼ਿਆਦਾ ਬੁਰੇ ਖਲਾਤ ਨੇ ਇਸ ਤਹਿਸੀਲ ਕੰਪਲੈਕਸ ਦੇ ਤੁਸੀਂ ਦੇਖੋ ਕਿ ਇਹ ਇੰਜ ਲੱਗਦਾ ਕਿ ਜਿਵੇਂ ਜੰਗਲ ਦੇ ਵਿੱਚ ਜੋਗੀ ਸੱਪ ਫੜਨ ਆਏ ਹੋਣ ਪਰ ਨਹੀਂ ਇਹ ਤਹਿਸੀਲ ਕੰਪਲੈਕਸ ਹੈ ਪੰਜਾਬ ਦੀ ਬਲਕਿ ਸਮਰਾਲਾ ਦੀ ਜਿੱਥੇ ਉਮੀਦਵਾਰ ਪੰਚੀ ਸਰਪੰਚੀ ਦੇ ਫਾਰਮ ਜਿਹੜੇ ਆ ਉਹ ਭਰਨ ਦੇ ਵਾਸਤੇ ਆਏ ਨੇ ਉਮੀਦਵਾਰ ਪਰ ਅੱਗਿਓ ਸੱਪ ਨਿਕਲ ਰਹੇ ਐ ਹੋਰ ਹੀ ਉੱਥੇ ਭਗਦੜ ਜਿਹੜੀ ਐ ਉਹ ਮੱਚੀ ਹੋਈ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਹੁਣ ਪ੍ਰਸ਼ਾਸਨ ਨੂੰ ਵੀ ਚਾਹੀਦਾ ਨਗਰ ਨਿਗਮ ਨੂੰ ਵੀ ਚਾਹੀਦਾ ਹੈ ਕਿ ਪ੍ਰਸ਼ਾਸਨ ਕਿੱਥੇ ਸੁੱਤਾ ਹੈ ਜਿੱਥੇ ਲੋਕਾਂ ਨੇ ਜਾਣਾ ਹੈ ਲੋਕਾਂ ਦਾ ਕੰਮ ਹੋਣਾ ਹੈ ਜੇਕਰ ਉਹੀ ਜਗ੍ਹਾ ਪਬਲਿਕ ਪਲੇਸ ਹੀ ਸਾਫ਼ ਸੁਥਰੀ ਨਹੀਂ ਐ ਉੱਥੇ ਪੀਣ ਵਾਲਾ ਪਾਣੀ ਨਹੀਂ ਐ ਪਾਣੀ ਉੱਥੇ ਪੀਣ ਵਾਲਾ ਇੰਜ ਐ ਕਿ ਜਿਵੇਂ ਕਾਈ ਕਾ ਜੜਾ ਉੱਗਿਆ ਹੋਇਆ ਐ ਔਰ ਇਹ ਤਸਵੀਰ ਦੇਖ ਸਕਦੇ ਹੋ ਜੋਗੀ ਬੁਲਾਏ ਗਏ ਨੇ ਤੇ ਉਹਨਾਂ ਨੇ ਸੱਪ ਕੱਢੇ ਨੇ ਜੀਹਾਂ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਇਹ ਸੱਪ ਕੱਢੇ ਗਏ ਨੇ ਤਹਿਸੀਲ ਕੰਪਲੈਕਸ ਹੈ ਇਹ ਸਮਰਾਲਾ ਦੀ ਜਿੱਥੇ ਲੋਕ ਤਾਂ ਆਪਣੇ ਫਾਰਮ ਭਰਨ ਗਏ ਸੀ ਮੈਂਬਰ ਦੇ ਫਾਰਮ ਭਰੇ ਨੇ ਸਰਪੰਚੀ ਦੇ ਫਾਰਮ ਭਰਨ ਗਏ ਸੀਗੇ ਪਰ ਅੱਗੋਂ ਸੱਪ ਨਿਕਲੇ ਆ ਤੇ ਲੋਕਾਂ ਨੂੰ ਹੋਰ ਹੀ ਭਾਜੜਾ ਪੈ ਗਿਆ ਫਾਰਮ ਤਾਂ ਲੋਕਾਂ ਕੀ ਭਰਨੇ ਸੀਗੇ ਔਰ ਮੁੜ ਕੇ ਫਿਰ ਜੋ ਗੀਆਂ ਨੇ ਸੱਪ ਜਿਹੜੇ ਉਹ ਅੰਦਰੋਂ ਕੱਢਿਆ ਹਾਲਾਂਕਿ ਹੋਰ ਵੀ ਕਿਹਾ ਜਾ ਰਿਹਾ ਹੈ ਕਿ ਅੰਦਰ ਹੋਰ ਵੀ ਸੱਪ ਜਿਹੜੇ ਉਹ ਬੜੇ ਹੋਏ ਨੇ ਕਿਉਂਕਿ ਕਿਤੇ ਵੀ ਚੰਗੀ ਜਗ੍ਹਾ ਨਹੀਂ ਹੈ ਖਲੂਣ ਨੂੰ ਜਗ੍ਹਾ ਨਹੀਂ ਹੈ ਕੂੜੇ ਦੇ ਢੇਰ ਲੱਗੇ ਨੇ ਗੰਦੀ ਬਦਬੂ ਜਿਹੜੀ ਹੈ ਉਹ ਆ ਰਹੀ ਹੈ ਲੋਕਾਂ ਦੇ ਬੁਰੇ ਖਾਲ ਨੇ ਖੜਨਾ ਜਿਹੜਾ ਲੋਕਾਂ ਦਾ ਉਹ ਮੁਸ਼ਕਲ ਹੋਇਆ ਹੈ ਪੀਣ ਵਾਲਾ ਪਾਣੀ ਜਿਹੜਾ ਉਹ ਲੋਕਾਂ ਨੂੰ ਸਾਫ਼ ਸੁਥਰਾ ਨਹੀਂ ਮਿਲ ਰਿਹਾ ਹਾਲਾਂਕਿ ਇਹ ਤਹਿਸੀਲ ਕੰਪਲੈਕਸ ਹੈ ਇੱਥੇ ਦੀ ਸਫਾਈ ਇੱਥੇ ਦਾ ਪਾਣੀ ਜਿਹੜਾ ਆ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਨਗਰ ਨਗਰ ਕਮ ਦੀ ਜ਼ਿੰਮੇਵਾਰੀ ਹੈ ਕਿ ਜਿੱਥੇ ਲੋਕਾਂ ਨੇ ਆਪਣੇ ਕੰਮ ਕਰਵਾਉਣ ਆਉਣਾ ਹੈ ਕਮ ਸੇ ਕਮ ਉਹ ਜਗ੍ਹਾ ਤਾਂ ਅਸੀਂ ਸਾਫ਼ ਸੁਥਰੀ ਰੱਖੀਏ ਤਾਂ ਇਹ ਤਸਵੀਰ ਦੇਖੋ ਇਹ ਸਮਰਾਲਾ ਦੇ ਵਿੱਚ ਜਿੱਥੇ ਲੋਕ ਫਾਰਮ